ਹਾਂਜੀ ਅਸੀਂ ਖਾਲਸਾ ਟੀਵੀ ਚੈਨਲ ਨਿਊ ਚੰਡੀਗੜ੍ਹ ਵੱਲੋਂ ਮੁਹਾਲੀ ਜ਼ਿਲ੍ਹੇ ਦੇ ਪਿੰਡ ਸਿਉਂਕ ਵਿਖੇ ਹਾਜ਼ਰ ਹਾਂ ਜਿੱਥੇ ਕਿ ਅਸੀਂ ਕੁਝ ਸਮਾਂ ਪਹਿਲਾਂ ਪਿੰਡ ਵਿੱਚ ਇੱਕ ਬਜ਼ੁਰਗ માતા ਜੋ ਸਰਕੜੇ ਦੇ ਵਿੱਚ ਇੱਕ ਟੁੱਟੇ ਜੇ ਮਕਾਨ ਵਿੱਚ ਆਪਣੇ ਦਿਮਾਗੀ ਤੌਰ ਤੇ ਬਿਮਾਰ ਬੇਟੇ ਦੇ ਨਾਲ ਦਿਨ ਕੱਟੀ ਕਰ ਰਹੀ ਸੀ ਜਿਸ ਸਬੰਧੀ ਅਸੀਂ ਜੀਵਨ ਜੋ ਸਟੇਟਿਨਸ ਕੰਮ ਸੇਵਕ ਜਥੇ ਰਾਹੀਂ ਉਸ ਮਕਾਨ ਦੇ ਵਿੱਚ ਕੁਝ ਸੁਧਾਰ ਕੀਤਾ ਸੀ ਤੇ ਕੋਸ਼ਿਸ਼ ਹੋ ਰਹੀ ਤੇ ਕਿ ਉਹਨਾਂ ਦਾ ਬਦਲਵਾ ਪ੍ਰਬੰਧ ਕੀਤਾ ਜਾਵੇ ਤੇ ਬੱਚੇ ਦਾ ਅਲਾਇਵ ਵੀ ਸ਼ੁਰੂ ਹੋਇਆ ਸੀ ਜਿਵੇਂ ਖਾਲਸਾ ਟੀਵੀ ਚੈਨਲ ਵੱਲੋਂ ਤੁਹਾਨੂੰ ਇਹੋ ਜਿਹੇ ਹਾਲਾਤ ਦਿਖਾਏ ਜਾਂਦੇ ਨੇ ਤੇ ਸਮਾਜ ਦਰਦੀਆਂ ਨਾਲ ਮਿਲ ਕੇ ਫਿਰ ਉਹਨਾਂ ਦੇ ਮਕਾਨਾਂ ਦਾ ਜਾਂ ਕਿਸੇ ਦਾ ਵੀ ਪ੍ਰਬੰਧ ਜਿਵੇਂ ਦੀ ਲੋੜ ਹੈ ਕੀਤੇ ਜਾਂਦੇ ਨੇ ਸੋ ਇਸ ਤੋਂ ਬਾਅਦ ਪਿੰਡ ਦੇ ਹੀ ਨੌਜਵਾਨ ਗੁਰਤੇਜ ਸਿੰਘ ਤੇਜੀ ਅਤੇ ਹਰਜੀਤ ਸਿੰਘ ਜਿਨ੍ਹਾਂ ਨੇ ਉਦਦਮ ਕੀਤਾ ਸੀ ਅੱਗੇ ਹੋ ਕੇ ਸਾਡੀ ਜੋ ਇਹ ਵੀਡੀਓ ਆਈ ਸੀ ਜੇ ਪ੍ਰਬੰਧ ਕੀਤੇ ਜਾ ਰਹੇ ਸੀ ਉਸ ਦੇ ਨਾਲ ਹੀ ਰਿਟਾਇਰਡ ਜੱਜ ਮੈਸੇਜ ਰੀਤੂ ਬਾਹਰੀ ਅਤੇ ਵਕੀਲ ਜੋ ਹਾਈ ਕੋਰਟ ਦੇ ਨੇ ਮੈਡਮ ਰੀਟਾ ਕੋਹਲੀ ਉਹਨਾਂ ਦੇ ਵੱਲੋਂ ਇਹ ਸੇਵਾ ਜੀ ਜੋ ਅਨੋਖੀ ਪਹਿਲ ਕੀਤੀ ਗਈ ਹੈ ਸਾਡੀ ਇਹ ਖਾਲਸਾ ਟੀਵੀ ਚੈਨਲ ਦੀ ਰਿਪੋਰਟ ਪੇਸ਼ ਕਰਨ ਤੋਂ ਬਾਅਦ ਇਹ ਮਕਾਨ ਇੱਕ ਕਮਰਾ ਇੱਕ ਰਸੋਈ ਇੱਕ ਬਰਾਂਡਾ ਸ਼ੁਰੂ ਕਰ ਦਿੱਤਾ ਗਿਆ ਹੈ ਸੋ ਅਸੀਂ ਧੰਨਵਾਦ ਕਰਦੇ ਹਾਂ ਖਾਲਸਾ ਟੀਵੀ ਚੈਨਲ ਦੇ ਰਹੀ ਸੋ ਪਿੰਡ ਦੇ ਨੌਜਵਾਨ ਗੁਰਤੇਜ ਸਿੰਘ ਸਾਡੇ ਨਾਲ ਹਾਜ਼ਰ ਨੇ ਹਰਜੀਤ ਸਿੰਘ ਤੇ ਅੱਜ ਬਾਹਰ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਇਸ ਸੰਬੰਧੀ ਕਿ ਅਸੀਂ ਸਮੂਹ ਸਮਾਜਦਾਰੀਆਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਸਮੇਂ-ਸਮੇਂ 'ਤੇ ਇਹ ਸਹਿਯੋਗ ਦਿੱਤੇ ਨੇ ਹਾਂਜੀ ਅੱਜ ਖਾਲਸਾ ਟੀਵੀ ਚੈਨਲ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਇੱਕ ਬਜ਼ੁਰਗ ਮਾਤਾ ਦੀ ਵੀਡੀਓ ਪਾਈ ਸਾਡੇ ਪਿੰਡ ਦੀ ਜੋ ਆਪਣੇ ਬੱਚੇ ਨਾਲ ਬਹੁਤ ਹੀ ਮੁਸ਼ਕਲ ਦਿਨ ਕੱਟ ਰਹੀ ਸੀ ਤੇ ਉਸ ਦੀ ਸਾਰ ਲੈਂਦੇ ਆ ਉਹ ਵੀਡੀਓ ਵਾਇਰਲ ਹੋਈ ਸੀ ਤੇ ਕੁਝ ਸਮਾਜ ਸੇਵੀ ਵੀਰਾਂ ਨੇ ਇੱਥੇ ਦਾ ਪ੍ਰਾਰਲਾ ਕੀਤਾ ਹੁਣ ਇਹ ਮਕਾਨ ਬਣਾਉਣ ਦਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਵਕੀਲ ਸਾਹਿਬਾ ਜਿਨ੍ਹਾਂ ਨੇ ਵੀ ਇਹ ਪ੍ਰਾਰਲਾ ਸ਼ੁਰੂ ਕੀਤਾ ਤੇ ਅਸੀਂ ਪਿੰਡ ਦੇ ਜਿਹੜੇ ਹੋਰ ਨੌਜਵਾਨ ਸਾਥ ਦੇ ਰਹੇ ਆ ਉਹਨਾਂ ਦਾ ਬਹੁਤ ਧੰਨਵਾਦ ਹੈ ਸਭ ਤੋਂ ਵੱਧ ਧੰਨਵਾਦ ਸਾਡੇ ਖਾਲਸਾ ਟੀਵੀ ਚੈਨਲ ਦਾ ਤੇ ਰਵਿੰਦਰ ਸਿੰਘ ਵਜੀਦਪੁਰ ਜਿਨ੍ਹਾਂ ਨੇ ਮੂਰੇ ਹੋ ਕੇ ਇਹ ਸੇਵਾ ਨਿਭਾਈ ਹੈ ਤੇ ਜਿੰਨੀ ਸਾਤ ਤੋਂ ਸੇਵਾ ਹੋਈ ਹੈ ਅਸੀਂ ਨਿਭਾਈ ਹੈ ਤੇ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਜੇ ਉਪਰਾਲੇ ਅੱਗੇ ਵਾਸਤੇ ਵੀ ਹੋਰ ਕਰਨ ਦਾ ਉਤਸ਼ਾਹ ਲੋਕਾਂ 'ਚ ਪੈਦਾ ਹੁੰਦਾ ਹੈ ਤੇ ਜਿੰਨੇ ਵੀ ਸਮਾਜ ਸੇਵੀ ਹੋਰ ਅੱਗੇ ਹੈਗੇ ਆ ਉਹ ਵੀ ਇਦਾਂ ਦੇ ਗਰੀਬ ਪਰਿਵਾਰਾਂ ਦੀ ਮਦਦ ਕਰਨ ਸਾਡੀ ਤਾਂ ਇਹੀ ਬੇਨਤੀ ਹੈ ਕਿ ਸਾਰੇ ਜਿੰਨੇ ਗਰੀਬ ਪਰਿਵਾਰਾਂ ਹਨ ਉਹ ਆਪਣੇ ਖੁਸ਼ਹਾਲੀ ਨਾਲ ਦਿਨ ਕੱਟਣ ਨਾ ਕਿ ਗਰੀਬੀ 'ਚ ਰਹੇ ਧੰਨਵਾਦ ਜੀ ਟੀਵੀ ਚੈਨਲ ਆਪ ਜੀ ਦੀ ਸਦਾ ਹੀ ਧੰਨਵਾਦੀ ਰਹੇਗੀ ਕਿ ਇਹੋ ਜਿਹੇ ਹਾਲਾਤ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਸਰਕਾਰਾਂ ਦੇ ਨੁਮਾਇੰਦਿਆਂ ਦੇ ਕੋਈ ਧਿਆਨ ਨਹੀਂ ਉਜਾਗਰ ਕਰਦੇ ਨੇ ਤੇ ਸਮਾਜ ਦਰਦੀ ਬੀਰ ਅੱਗੇ ਆ ਕੇ ਉਹਨਾਂ ਦੀ ਬਾਹ ਫੜਦੇ ਨੇ ਜਿੱਥੇ ਲੋੜ ਹੁੰਦੀ ਹੈ ਖਾਲਸਾ ਟੀਵੀ ਚੈਨਲ ਦੀ ਸੁਸਾਇਟੀ ਜੀਵਨ ਜੋਤ ਸੇਵਾ ਸੁਸਾਇਟੀ ਉੱਥੇ ਵੱਲੋਂ ਮਿਲ ਕੇ ਤੁਹਾਡੇ ਸਾਰਿਆਂ ਦੇ ਨਾਲ ਉੱਥੇ ਚਤਨ ਆਰੰਭ ਕੀਤੇ ਜਾਂਦੇ ਨੇ ਸੋ ਸਦਾ ਹੀ ਆਸ ਰੱਖਦੇ ਆ ਕਿ ਅਸੀਂ ਪਰਮੇਸ਼ਰ ਦੀ ਬਖਸ਼ਿਸ਼ ਲੈਣ ਲਈ ਗੁਰਬਾਣੀ ਦੇ ਹੁਕਮ ਅਨਸਾਰ ਲੋੜਵੰਦਾਂ ਦਾ ਸਹਾਰਾ ਬਣ ਕੇ ਇਸ ਤਰ੍ਹਾਂ ਹੀ ਜੀਵਨ ਬਸਰ ਕਰੀਏ ਤਾਂ ਕਿ ਸਾਡੇ ਜੱਗ ਦੇ ਵਿੱਚ ਆਇਆ ਸਫਲ ਹੋਵੇ ਤੇ ਲੋੜਵੰਦ ਪਰਿਵਾਰ ਆਪਣਾ ਜੀਵਨ ਸੁਖੀ ਬਸਰ ਕਰ ਸਕਣ ਸੋ ਸਾਨੂੰ ਵੱਡੇ ਵੱਡੇ ਹੋਰ ਪ੍ਰੋਗਰਾਮ ਕਰਨ ਦੀ ਥਾਂ ਆਪਣੇ ਨੇੜੇ ਦੇ ਆਲੇ ਦੁਆਲੇ ਦੇ ਇਹ ਲੋੜਵੰਦਾਂ ਦੀ ਬਾਹ ਫੜ ਕੇ ਮਨੁੱਖਤਾ ਦਾ ਸਬੂਤ ਦੇਣਾ ਚਾਹੀਦਾ ਹੈ ਸੋ ਅਸੀਂ ਹਮੇਸ਼ਾ ਹੀ ਖਰ ਸਟੀਵੀ ਚੈਨਲ ਵੱਲੋਂ ਇਹ ਸਮਾਦਰਦੀ ਬੀਰਾਂ ਦੇ ਧੰਨਵਾਦ ਹੋਵਾਂਗੇ ਜੋ ਸਦਾ ਸਾਡੀ ਛੋਟੀ ਜੀ ਅਪੀਲ ਤੇ ਨਾਲ ਆ ਕੇ ਖੜਦੇ ਨੇ ਸੋ ਅਸੀਂ ਪਿੰਡ ਸਿਉਂਕ ਦੇ ਸਮੂਹ ਸੁਨਿਕਾਂ ਦਾ ਪੰਚਾਇਤ ਦਾ ਤੇ ਸਾਬਕਾ ਪੰਚਾਇਤ ਦਾ ਸਾਰੇ ਵੀਰਾਂ ਦਾ ਧੰਨਵਾਦ ਦੀਆਂ ਜਿਨ੍ਹਾਂ ਸਾਨੂੰ ਸਹਿਯੋਗ ਦਿੱਤਾ ਤੇ ਅੱਜ ਉਹ ਭੈਣਾ ਦੇ ਜੋ ਕਿ ਰਿਟਾਇਰਡ ਜੱਜ ਤੇ ਅੱਜ ਹਾਈ ਕੋਰਟ ਦੇ ਮੌਜੂਦਾ ਵਕੀਲ ਮੈਡਮ ਬਾਰੀ ਤੇ ਮੈਡਮ ਕੋਲੀ ਤੇ ਉਹਨਾਂ ਨੇ ਇਹ ਸੇਵਾ ਲਈ ਹੈ ਤੇ ਅਸੀਂ ਧੰਨਵਾਦ ਗੁਰਦੇਵ ਸਿੰਘ ਤੇਜੀ ਤੇ ਹਰਜੀਤ ਸਿੰਘ ਪਿੰਡ ਦੇ ਨੌਜਵਾਨਾਂ ਦਾ ਵੀ ਜਿਨ੍ਹਾਂ ਨੇ ਅੱਗੇ ਹੋ ਕੇ ਖਾਲਸਾ ਟੀਵੀ ਚੈਨਲ ਦੇ ਨਾਲ ਸੇਵਾ ਦੇ ਵਿੱਚ ਆ ਕੇ ਖੜੇ ਨੇ ਸੋ ਸਾਰਿਆਂ ਨੂੰ ਅਪੀਲ ਹੈ ਕਿ ਆਓ ਸਮਾਜ ਦੇ ਵਿੱਚ ਕੁਝ ਨਾ ਕੋਈ ਚੰਗਾ ਕਰੀਏ